ਜਦੋਂ ਅਲਕੋਹਲ ਹੁੰਦੀ ਹੈ ਨਾ, ਅਲਕੋਹਲ ਜਦੋਂ ਅੰਦਰ ਜਾਂਦੀ ਹੈ ਸਾਡੀ ਬੋਡੀ ਦੇ ਵਿੱਚ ਜਾਂਦੀ ਹੈ ਤਾਂ ਉਹ ਐਸੀਟਾਲਡੀਹਾਈਡ ਬਣ ਜਾਂਦੀ ਹੈ। ਜਿਹੜੀ ਐਸੀਟਾਲਡੀਹਾਈਡ ਆ ਉਹ ਬ੍ਰੇਕ ਕਰਕੇ ਫਿਰ ਐਸੀਟਿਕ ਐਸਿਡ ਬਣ ਜਾਂਦੀ ਹੈ। ਫਿਰ ਐਸੀਟਿਕ ਐਸਿਡ ਜਦੋਂ ਬ੍ਰੇਕ ਹੁੰਦੀ ਹੈ ਆਕਸੀਜਨ ਤੇ ਕਾਰਬਨ ਡਾਈਆਕਸਾਈਡ, ਜਿਹੜੀ ਆਕਸੀਜਨ ਹੈ ਉਹ ਸਾਡੇ ਬਾਹਰ ਆ ਜਾਂਦੀ ਹੈ ਤੇ ਜਿਹੜੀ ਵਾਟਰ ਹੈ ਉਹ ਸਾਡੇ ਯੂਰਿਨ ਦੇ ਰਾਹੀਂ ਬਾਹਰ ਆ ਜਾਂਦਾ। ਸੋ ਇਹ ਜਿਹੜਾ ਪ੍ਰੋਸੈਸ ਹੈ ਐਸੀਟਾਲਡੀਹਾਈਡ ਦਾ, ਇੱਕ ਸੈਕਿੰਡ ਦੇ ਕੁਛ ਹਿੱਸਿਆਂ ਦੇ ਵਿੱਚ, 300 ਦੇ ਕੋਲ ਹਿੱਸੇ ਹੁੰਦਾ ਹੈ, 1 ਸੈਕਿੰਡ ਦੇ 300 ਪਾਰਟ ਦੇ ਵਿੱਚ ਇਹ ਬਾਡੀ ਦੇ ਵਿੱਚੋਂ ਨਿਕਲ ਜਾਣਾ ਚਾਹੀਦਾ। ਬਟ ਸਾਡੇ ਪੇਸ਼ੈਂਟ ਦੇ ਵਿੱਚ ਕਿਉਂਕਿ ਮੈਟਾਬੋਲਿਜ਼ਮ ਖਰਾਬ ਹੋ ਜਾਂਦਾ, ਇਸ ਕਰਕੇ ਇਹ ਬਾਡੀ ਦੇ ਵਿੱਚ ਬੈਠ ਜਾਂਦਾ, ਜਿਸ ਕਰਕੇ ਇਹ ਫਿਰ ਸਭ ਤੋਂ ਟੌਕਸਿਕ ਚੀਜ਼ ਹੈ। ਇਟ ਇਜ਼ ਅ ਮੋਸਟ ਟੌਕਸਿਕ ਚੀਜ਼ ਜਿਹੜੀ ਪਾਈ ਗਈ ਹੈ, ਮਤਲਬ ਜ਼ਹਿਰੀਲਾ ਮਾਦਾ, ਈਵਨ ਮੋਰ ਟੌਕਸਿਕ ਦੈਨ ਐਸਿਡ। ਦੇਖੋ ਜਿਹੜਾ ਲਿਖਿਆ ਨਾ ਐਸੀਟਿਕ ਐਸਿਡ, ਇਹ ਲਿਖਿਆ ਲੈਸ ਟੌਕਸਿਕ, ਮੋਸਟ ਟੌਕਸਿਕ ਇਜ਼ ਐਲਡੀਹਾਈਡ। ਤਾਂ ਸਾਨੂੰ ਬਿਮਾਰੀ ਅਲਕੋਹਲ ਦੀ ਨਹੀਂ ਹੈ, ਸਾਨੂੰ ਬਿਮਾਰੀ ਐਲਡੀਹਾਈਡ ਦੀ ਹੈ। ਐਂਡ ਜਿਨ੍ਹਾਂ ਦਾ ਮੈਟਾਬੋਲਿਜ਼ਮ ਖਰਾਬ ਹੁੰਦਾ ਹੈ ਉਹਨਾਂ ਦੇ ਵਿੱਚ ਇਹ ਐਲਡੀਹਾਈਡ 24 ਘੰਟੇ, 48 ਘੰਟੇ, 72 ਘੰਟੇ, 96 ਘੰਟੇ ਪਈ ਰਹਿੰਦੀ ਹੈ। ਪਰ ਜਿਨ੍ਹਾਂ ਦਾ ਮੈਟਾਬੋਲਿਜ਼ਮ ਠੀਕ ਹੁੰਦਾ ਹੈ ਉਹਨਾਂ ਦੇ ਵਿੱਚ ਮਿੰਟਾਂ ਸਕਿੰਟਾਂ ਦੇ ਵਿੱਚ ਇਹ ਚੀਜ਼ ਜਿਹੜੀ ਹੈ ਮੈਟਾਬੋਲਾਈਜ਼ ਹੋ ਕੇ ਬਾਹਰ ਨਿਕਲ ਜਾਂਦੀ ਹੈ, ਐਂਡ ਵਾਟਰ ਐਂਡ ਕਾਰਬਨ ਡਾਈਆਕਸਾਈਡ ਨਿਕਲ ਜਾਂਦੀ ਹੈ। ਬੰਦਾ ਬਾਥਰੂਮ ਜਾਂਦਾ ਹੈ, ਨਿਕਲ ਗਈ ਉਹਦੀ ਬ੍ਰੈਥ ਦੇ ਵਿੱਚੋਂ ਇਹ ਸਾਰੀ ਬਾਹਰ ਨਿਕਲ ਜਾਂਦੀ ਹੈ। ਹੁਣ ਇਹਦੇ ਪਿੱਛੇ ਇੱਕ ਕੀ ਮੈਕੇਨਿਜ਼ਮ ਹੈ ਕਿ ਇਹ ਜਿਹੜਾ ਮੈਕੇਨਿਜ਼ਮ ਹੈ ਨਾ ਇਹ ਫਾਸਟ ਹੋ ਜਾਂਦਾ, ਇਹ ਜਿਹੜੀ ਕਨਵਰਸ਼ਨ ਹੈ ਨਾ ਇਹ ਫਾਸਟ ਹੋ ਜਾਂਦੀ ਹੈ, ਤੇ ਇਹ ਜਿਹੜੀ ਕਨਵਰਜ਼ਨ ਹੈ ਇਹ ਸਲੋ ਹੋ ਗਈ। ਇਹ ਫਾਸਟ ਹੋ ਗਿਆ, ਐਸੀਟਾਲਡੀਹਾਈਡ ਫਾਸਟ ਬਣ ਗਿਆ, ਐਸੀਟਾਲਡੀਹਾਈਡ ਤੋਂ ਐਸੀਟਿਕ ਐਸਿਡ ਜਿਹੜਾ ਉਹ ਸਲੋ ਹੋ ਗਿਆ। ਤਾਂ ਉਹਦੇ ਨਾਲ ਕੀ ਹੋਏਗਾ ਫਿਰ, ਇੱਕ ਚੀਜ਼ ਫਾਸਟ ਹੋ ਗਈ, ਇੱਕ ਪ੍ਰੋਸੈਸ ਸਲੋ ਹੋ ਗਿਆ, ਉਹਦੇ ਨਾਲ ਕੀ ਹੋਏਗਾ ਕਿ ਬਾਡੀ ਦੇ ਵਿੱਚ ਐਲਡੀਹਾਈਡ ਪਿਆ ਰਹੇਗਾ ਵਿਚ ਇਜ਼ ਦਾ ਮੋਸਟ ਟੌਕਸਿਕ, ਜਿਹਦੇ ਕਰਕੇ ਹੈਂਗਓਵਰ, ਨੌਜ਼ੀਆ, ਆਰਗਨ ਡੈਮੇਜ, ਲਿਵਰ ਡੈਮੇਜ, ਸਰੋਟਿਕ ਲਿਵਰ, ਬ੍ਰੇਨ ਡੈਮੇਜ, ਆਲ ਸੋਰਟਸ ਆਫ ਪ੍ਰੋਬਲਮਸ, ਐਪੀਲੈਪਟਿਕ, ਨਿਊਰੋਨਸ ਦਾ ਡੈਡ ਹੋਣਾ, ਯਾਦਾਸ਼ਤ ਦਾ ਜਾਣਾ, ਸਭ ਕੁਛ, ਇਰੀਟੇਬਿਲਿਟੀ, ਖਾਸ ਕਰਕੇ ਚਿੜਚਿੜਾਪਨ, ਗੁੱਸਾ, ਸ਼ੋਰਟ ਟੈਂਪਰਡ, ਮਾਰਕੁੱਟ, ਜਿੰਨੀ ਵਾਇਲੈਂਸ ਹੈ ਇਹ ਸਾਰੀ ਦੀ ਸਾਰੀ ਵਾਇਲੈਂਸ, ਅਗਰੈਸ਼ਨ, ਹਰ ਕੋਈ ਚੀਜ਼ ਦੇ ਨਾਲ ਲੜਨ ਮਰਨ ਦੀ ਕੈਫੀਅਤ ਪੈਦਾ ਹੋ ਜਾਣੀ, ਇਹ ਸਾਰੀ ਦੀ ਸਾਰੀ ਐਲਡੀਹਾਈਡ ਦੀ ਨਿਸ਼ਾਨੀ ਹੈ। ਹੁਣ ਜਦੋਂ ਤੁਹਾਡਾ ਪੇਸ਼ੈਂਟ ਕੁੱਟ ਮਾਰ ਰਿਹਾ ਹੋਏ, ਕੁੱਟ ਖਾਣ ਲੱਗਿਆਂ, ਸਾਨੂੰ ਇਹ ਯਾਦ ਹੋਣਾ ਚਾਹੀਦਾ ਕਿ ਸਾਡਾ ਪੇਸ਼ੈਂਟ ਨਹੀਂ ਕੁੱਟ ਰਿਹਾ, ਇਹ ਉਹਦੀ ਐਲਡੀਹਾਈਡ ਕੁੱਟ ਰਹੀ ਹੈ। ਜਦੋਂ ਸਾਨੂੰ ਕੁੱਟ ਪੈ ਰਹੀ ਹੋਏ ਆਪਣੇ ਪੇਸ਼ੈਂਟ ਕੋਲੋਂ, ਤੇ ਸਾਨੂੰ ਇਹ ਪਹਿਚਾਣ ਲੈਣਾ ਚਾਹੀਦਾ ਕਿ ਇਹ ਸਾਡਾ ਪੇਸ਼ੈਂਟ ਨਹੀਂ ਕੁੱਟ ਰਿਹਾ, ਇਹਦੀ ਐਲਡੀਹਾਈਡ ਕੁੱਟ ਰਹੀ ਹੈ। ਜੇ ਐਲਡੀਹਾਈਡ ਮੇਰੇ ਅੰਦਰ ਵੀ ਹੋਏ ਤੇ ਮੈਂ ਵੀ ਉਸੇ ਪ੍ਰੋਸੈਸ ਨੂੰ ਕਰ ਰਿਹਾ ਹੋਊਗਾ, ਜੇ ਤੁਹਾਡੇ ਅੰਦਰ ਐਲਡੀਹਾਈਡ ਹੋਏ ਤਾਂ ਤੁਸੀਂ ਵੀ ਉਹੀ ਕੰਮ ਕਰ ਰਹੇ ਹੋਗੇ। ਇਟ ਇਜ਼ ਬਿਕੋਜ਼ ਆਫ ਦਾ ਐਲਡੀਹਾਈਡ, ਐਸੀਟਾਲਡੀਹਾਈਡ, ਹੀ ਇਜ਼ ਏ ਐਂਗਰੀ ਮੈਨ, ਹੀ ਇਜ਼ ਸਾਈਕੋਟਿਕ। ਇਸ ਵੇਲੇ ਜਿਹੜਾ ਉਹਦੇ ਅੰਦਰ ਜਾਨਵਰ ਆਇਆ ਹੋਇਆ ਨਾ, ਇਟ ਇਜ਼ ਆਲ ਬਿਕੋਜ਼ ਆਫ ਦਿਸ ਟੌਕਸਿਕ ਐਸੀਟਾਲਡੀਹਾਈਡ। ਤੁਸੀਂ ਇਹ ਦੇਖ ਲਓ ਵੀ ਇਸ ਤੋਂ ਖਤਰਨਾਕ
ਕੋਈ ਚੀਜ਼ ਨਹੀਂ ਹੋ ਸਕਦੀ ਐਸੀਟਾਲਡੀਹਾਈਡ ਤੋਂ। ਐਸੀਟਾਲਡੀਹਾਈਡ ਅਸਲੀ ਚੀਜ਼ ਹੈ ਜਿਹੜੀ ਕਿ ਸਾਡੀ ਜ਼ਿੰਦਗੀ ਦੇ ਵਿੱਚ ਬਰਬਾਦੀ ਪੈਦਾ ਕਰਦੀ ਪਈ। ਜੇ ਤੁਸੀਂ ਇਹ ਦੇਖਣਾ ਹੋਏ ਕਿ ਸਾਡੀ ਜ਼ਿੰਦਗੀ ਦੇ ਵਿੱਚ ਨਸ਼ੇ ਸਾਨੂੰ ਜਿਹੜੇ ਨਹੀਂ ਪਚਦੇ, ਐਂਡ ਜਦੋਂ ਨਸ਼ੇ ਨਹੀਂ ਪਚਦੇ, ਇਟ ਇਜ਼ ਓਨਲੀ ਦਾ ਐਸੀਟਾਲਡੀਹਾਈਡ, ਰਾਈਟ। ਜੇ ਸਾਡੇ ਦੇ ਵਿੱਚ ਇਹ ਐਲਡੀਹਾਈਡ ਬਣਿਆ ਹੋਇਆ, ਜੋ ਸਾਡਾ ਪੇਸ਼ੈਂਟ ਕਰ ਰਿਹਾ ਨਾ, ਹੁਣ ਆਊਟ ਆਫ ਸੈਂਸਿਸ ਹੋਇਆ ਹੋਇਆ, ਚੁੱਕ ਕੇ ਲਿਆਉਣਾ ਪੈਂਦਾ, ਉਹਦੇ ਲੱਤਾਂ 'ਚ ਜ਼ੋਰ ਖਤਮ ਹੋ ਗਿਆ, ਉਹਦੀ ਜ਼ਬਾਨ ਥਥਲਾਉਣ ਲੱਗ ਪਈ ਹੈ, ਉਹਦੀਆਂ ਅੱਖਾਂ ਤਾਰਨ ਲੱਗ ਗਈਆਂ, ਉਹ ਜੋ ਵੀ ਕਰ ਰਿਹਾ ਇਸ ਵੇਲੇ, ਜਿੰਨੇ ਵੀ ਐਨੀਮਲਿਸਟਿਕ ਕੰਮ ਕਰਦਾ ਪਿਆ, ਇਹ ਉਹਦੇ ਟੌਕਸਿਕ ਦੇ ਕਰਕੇ ਹੈ, ਕਿਉਂਕਿ ਇਹ ਹੁਣ ਖੂਨ ਦੇ ਵਿੱਚ, ਬਲੱਡ ਦੇ ਵਿੱਚ ਇਹ ਚੀਜ਼ ਮਿਕਸਅਪ ਹੋ ਗਈ ਹੈ। ਇਹ ਲਿਵਰ ਨੂੰ ਡੈਮੇਜ ਕਰ ਰਹੀ ਹੈ, ਪੈਂਕਰੀਅਸ ਨੂੰ ਡੈਮੇਜ ਕਰ ਰਹੀ ਹੈ, ਸਪਲੀਨ ਨੂੰ, ਕਿਡਨੀਜ਼ ਨੂੰ, ਸਟਮਕ ਨੂੰ ਅਲਸਰਸ ਕਰ ਰਹੀ ਹੈ, ਅੰਦਰੋਂ ਇਰੋਡ ਕਰ ਰਹੀ ਹੈ, ਸਾਰੀਆਂ ਬਲੱਡ ਵੈਸਲਸ ਨੂੰ ਖਰਾਬ ਕਰ ਰਹੀ ਹੈ, ਬ੍ਰੇਨ ਦੇ ਵਿੱਚ ਜਾ ਕੇ ਇਹ ਕਲੋਰੋਫਾਰਮ ਵਰਗਾ ਇਫੈਕਟ ਕਰ ਰਹੀ ਹੈ, ਜਿਹੜੀ ਕਿ ਨਸ਼ੇ ਸੰਘਾਉਣ ਵਾਲੀ ਦਵਾਈ ਹੁੰਦੀ ਹੈ, ਅਤੇ ਬੰਦੇ ਦੀ ਮੱਤ ਬਿਲਕੁਲ ਮਾਰੀ ਜਾਂਦੀ ਹੈ, ਆਦਾ ਤਾਂ ਮਤਲਬ ਹੀ ਕੋਈ ਨਹੀਂ ਰਹਿੰਦਾ ਨਾ, ਜਿਹੜੀ ਪਹਿਲੀ ਡਾਇਗ੍ਰਾਮ ਸੀਗੀ ਉਹ ਕੰਮ ਹੀ ਨਹੀਂ ਕਰਦੀ। ਹੁਣ ਐਨੀਮਲ ਬ੍ਰੇਨ ਨੂੰ ਦੇਖੋ ਕਿੰਨਾ ਜ਼ਬਰਦਸਤ ਫਿਊਲ ਮਿਲ ਗਿਆ। ਹੁਣ ਇਸ ਇਨਸਾਨ ਨੂੰ ਤੁਸੀਂ ਕਹੋ ਕਿ ਭਈ ਆਹ ਤੇਰਾ ਬੱਚਾ ਹੈ, ਧਿਆਨ ਕਰ, ਜਾਂ ਇਹਨੂੰ ਬੁਖਾਰ ਹੋਇਆ, ਚੱਲ ਹੋਸਪਿਟਲ ਲੈ ਜਾ, ਜਾਂ ਧਿਆਨ ਨਾਲ ਗੱਡੀ ਚਲਾਈ, ਜਾਂ ਤੂੰ ਇਹ ਨਾ ਹੋਏ ਕਿ ਐਕਸੀਡੈਂਟ ਹੋ ਜੇ। ਉਹ ਕਹੇਗਾ ਕੋਈ ਗੱਲ ਹੀ ਕੋਈ ਨਹੀਂ, ਓਵਰ ਕੋਨਫੀਡੈਂਸ ਹੋਏਗਾ, ਐਂਡ ਉਹਨੂੰ ਸਵੇਰੇ ਕੁਛ ਯਾਦ ਨਹੀਂ ਹੋਏਗਾ, ਸਵੇਰੇ ਕੁਛ ਯਾਦ ਨਹੀਂ ਹੋਏਗਾ, ਜੋ ਉਹਨੇ ਰਾਤੀ ਕੀਤਾ ਹੋਏਗਾ ਉਹਨੂੰ ਸਵੇਰ ਤੱਕ ਕੁਛ ਵੀ ਯਾਦ ਨਹੀਂ ਹੋਏਗਾ। ਹੁਣ ਜਿਹੜਾ ਉਹਨੂੰ ਸਵੇਰੇ ਤੱਕ ਕੁਛ ਯਾਦ ਨਹੀਂ ਹੋਏਗਾ, ਜਿਹਨੂੰ ਬਲੈਕਆਊਟ ਕਹਿੰਦੇ ਹੈ, ਕਿ ਉਹਨੇ ਰਾਤੀ ਕਿੱਥੇ ਕਿੱਥੇ ਕੀ ਕੀਤਾ, ਜੋ ਸਵੇਰੇ ਉੱਠੇਗਾ ਤਾਂ ਉਹਨੂੰ ਇੰਨਾ ਯਾਦ ਆਏਗਾ ਕਿ ਕੁਛ ਨਾ ਕੁਛ ਹੋਇਆ ਸੀਗਾ, ਪਰ ਜਿਹੜਾ ਕੁਛ ਨਾ ਕੁਛ ਹੋਇਆ ਸੀਗਾ ਉਹਦੀ ਕੋਈ ਡਿਟੇਲ ਯਾਦ ਨਹੀਂ ਰਹੇਗੀ, ਐਂਡ ਉਹਦੇ ਪਿੱਛੇ ਕੀ ਹੋਏਗਾ, ਐਸੀਟਾਲਡੀਹਾਈਡ। ਸੋ ਜੇ ਵਨ ਵਰਡ ਆਪਾਂ ਯਾਦ ਕਰਨਾ ਹੈ ਨਾ, ਕਿ ਸਾਡੀ ਜ਼ਿੰਦਗੀ ਦੇ ਵਿੱਚ, ਸਾਡੀ ਜ਼ਿੰਦਗੀ ਦੇ 20% ਲੋਕਾਂ ਨੂੰ ਜਿਹੜੀ ਚੀਜ਼ ਖਤਮ ਕਰਦੀ ਹੈ, ਉਹ ਹੋਰ ਕੁਛ ਨਹੀਂ ਹੈ, ਸਿਰਫ ਇੱਕ ਐਸੀਟਾਲਡੀਹਾਈਡ ਹੈ।